ਅੱਜ ਕੱਲ੍ਹ ਆੜੂ ਵੀ ਸੀਜ਼ਨ ਵਿੱਚ ਨੇ, ਸੋ ਅਸੀਂ ਸੋਚਿਆ ਕਿ ਆੜੂਆਂ ਦੀ ਵੀ ਇੱਕ ਚਟਨੀ ਬਣਾਈ ਜਾਵੇ। ਹੁਣ ਤੁਹਾਨੂੰ ਆੜੂਆਂ ਦੀ ਚਟਨੀ ਬਣਾ ਕੇ ਖਵਾਉਂਦੇ ਹਾਂ। ਨੋਟ ਕਰੋ ਇਹਦੇ ਇੰਗਰੀਡੈਂਟਸ। ਸਭ ਤੋਂ ਪਹਿਲਾਂ ਸਾਨੂੰ 1/2 ਕਿਲੋ ਆੜੂ ਚਾਹੀਦੇ ਆ। 1.5 ਕੱਪ ਅਸੀਂ ਭੂਰੇ ਰੰਗ ਦੀ ਖੰਡ ਲਈ ਹੈ। 1/2 ਚਮਚ ਲਾਲ ਮਿਰਚ ਚਾਹੀਦੀ ਹੈ, 1/2 ਚਮਚ ਕਾਲੀ ਮਿਰਚ, 1/2 ਚਮਚ ਸੁੰਡ, 15-20 ਦਾਣੇ ਸੌਗੀ ਦੇ, 1/2 ਚਮਚ ਕਾਲਾ ਲੂਣ, 1 ਕੱਪ ਸਾਨੂੰ ਸਿਰਕਾ ਚਾਹੀਦਾ ਹੈ ਅਤੇ ਪਾਣੀ ਚਾਹੀਦਾ ਹੈ ਸਾਨੂੰ ਇਹਨਾਂ ਨੂੰ ਬਲਾਂਚ ਕਰਨ ਵਾਸਤੇ। ਹੁਣ ਅਸੀਂ ਇਹਨਾਂ ਨੂੰ ਬਲਾਂਚ ਕਰਨਾ, ਆੜੂਆਂ ਨੂੰ ਬਲਾਂਚ ਕਰਨ ਲਈ ਅਸੀਂ ਪਾਣੀ ਲੈਣਾ ਹੈ। ਕੜਾਹੀ ਥੱਲੇ ਅੱਗ ਬਾਲ ਕੇ ਅਸੀਂ ਪਾਣੀ ਰੱਖਣਾ ਹੈ। ਪਾਣੀ ਨੂੰ ਅਸੀਂ ਚੰਗੀ ਤਰ੍ਹਾਂ ਉਬਾਲਾ ਦਵਾਉਣਾ ਹੈ। ਉਬਾਲਾ ਦਵਾਉਣ ਤੋਂ ਬਾਅਦ ਜਿਹੜੇ ਆੜੂ ਆ ਅਸੀਂ ਇਹਦੇ ਵਿੱਚ ਪਾ ਦੇਣੇ ਆ। 1 ਮਿੰਟ ਵਾਸਤੇ ਇਹਨਾਂ ਨੂੰ ਕੁੱਕ ਕਰਨਾ ਹੈ, ਫਿਰ ਇਹਨਾਂ ਦਾ ਛਿਲਕਾ ਉਤਾਰ ਲੈਣਾ ਹੈ। ਪਾਣੀ ਉਬਲਦਾ ਪਿਆ ਹੈ, ਹੁਣ ਅਸੀਂ ਇਹਦੇ ਵਿੱਚ ਆੜੂ ਪਾ ਦੇਣੇ ਆ। ਆੜੂਆਂ ਨੂੰ ਅਸੀਂ 1 ਮਿੰਟ ਤੱਕ ਉਬਾਲ ਲਿਆ, ਹੁਣ ਅਸੀਂ ਇਹਨਾਂ ਨੂੰ ਕੱਢ ਕੇ ਠੰਡਿਆਂ ਕਰਕੇ ਇਹਨਾਂ ਦਾ ਛਿਲਕਾ ਉਤਾਰਨਾ। ਉਬਾਲਣ ਨਾਲ ਇਹਨਾਂ ਦਾ ਛਿਲਕਾ ਕਾਫੀ ਨਰਮ ਹੋ ਜਾਂਦਾ ਹੈ, ਸੋ ਅਸੀਂ ਹੁਣ ਇਹਨਾਂ ਦਾ ਛਿਲਕਾ ਉਤਾਰਾਂਗੇ। ਗਰਮ ਪਾਣੀ ਨੂੰ ਅਸੀਂ ਵੇਸਟ ਕਰ ਦੇਣਾ। ਆੜੂ ਬਲਾਂਚ ਹੋ ਗਏ ਹੋਏ ਆ, ਹੁਣ ਅਸੀਂ ਇਹਨਾਂ ਨੂੰ ਛਿਲਣਾ ਹੈ। ਛਿਲ ਕੇ ਇਹਨਾਂ ਦੇ ਪੀਸ ਕਰ ਲੈਣੇ ਆ। 1 ਪਲੇਟ ਚਾਹੀਦੀ ਹੈ ਸਾਨੂੰ। ਛਿਲਕਾ ਉਤਾਰ ਕੇ ਅਸੀਂ ਇਹਦੇ ਪੀਸ ਕਰ ਲੈਣੇ ਆ। ਗਿਟਕ ਜਿਹੜੀ ਆ ਉਹ ਅਸੀਂ ਇਹਦੇ ਵਿੱਚੋਂ ਕੱਢ ਦੇਣੀ ਆ। ਇੱਕ ਆੜੂ ਦੇ ਅਸੀਂ 4 ਪੀਸ ਕਰਨੇ ਆ। ਗਿਟਕਾਂ ਜਿਹੜੀਆਂ ਇਹਦੀਆਂ ਸਾਈਡ 'ਤੇ ਕਰ ਦੇਣੀਆਂ ਅਸੀਂ ਕੱਢ ਕੇ। ਆੜੂਆਂ ਨੂੰ ਅਸੀਂ ਚੰਗੀ ਤਰ੍ਹਾਂ ਛਿੱਲ ਲੈਣਾ ਹੈ, ਕੱਟ ਲੈਣਾ ਹੈ। ਕੱਟਣ ਤੋਂ ਬਾਅਦ ਅਸੀਂ ਇਹਨੂੰ ਖੰਡ ਦੇ ਵਿੱਚ ਅਤੇ ਸਿਰਕੇ ਦੇ ਵਿੱਚ ਇਹਨੂੰ ਭੁੰਨਣਾ ਹੈ ਚੰਗੀ ਤਰ੍ਹਾਂ। ਆੜੂ ਸਾਰੇ ਹੁਣ ਛਿੱਲੇ ਗਏ ਹੋਏ ਆ। ਕੜਾਹੀ ਥੱਲੇ ਅਸੀਂ ਗੈਸ ਬਾਲਣਾ ਹੈ। 1/2 ਸਿਰਕਾ ਅਸੀਂ ਹੁਣ ਪਾਉਣਾ ਹੈ, 1/2 ਸਿਰਕਾ ਥੋੜ੍ਹੀ ਦੇਰ ਬਾਅਦ 'ਚ ਪਾਉਣਾ ਹੈ। 1/2 ਸਿਰਕੇ ਦੇ ਵਿੱਚ ਅਸੀਂ ਜਿਹੜੀ ਇਹ ਭੂਰੇ ਰੰਗ ਦੀ ਖੰਡ ਹੈ, ਬਰਾਊਨ ਸ਼ੂਗਰ ਹੈ, ਉਹਨੂੰ ਪਾ ਦੇਣਾ। ਇਹਨੂੰ ਚੰਗੀ ਤਰ੍ਹਾਂ ਅਸੀਂ ਮੈਲਟ ਕਰਨਾ ਹੈ। ਜਦੋਂ ਇਹ ਪੂਰੀ ਪਾਣੀ ਦੇ ਵਿੱਚ ਮੈਲਟ ਹੋ ਜਾਵੇ, ਸਿਰਕੇ ਦੇ ਵਿੱਚ ਮੈਲਟ ਹੋ ਜਾਵੇ, ਫਿਰ ਅਸੀਂ ਜਿਹੜੇ ਆ ਆੜੂ ਅਸੀਂ ਕੱਟ ਕੇ ਰੱਖੇ ਹੋਏ ਆ ਉਹ ਉਹਦੇ ਵਿੱਚ ਪਾ ਦੇਣੇ ਆ। ਇਹਨੂੰ 1 ਕਿਸਮ ਦਾ ਅਸੀਂ ਮਿੱਠਾ ਅਚਾਰ ਵੀ ਕਹਿ ਸਕਦੇ ਹਾਂ, ਚਟਨੀ ਵੀ ਕਹਿ ਸਕਦੇ ਹਾਂ। ਮਿਠਾਸ ਹੈ ਇਹਦੇ ਵਿੱਚ, ਲੂਣ ਅਸੀਂ ਬਿਲਕੁਲ ਨਾ ਮਾਤਰ ਜਿਹਾ ਹੀ ਪਾਉਣਾ ਹੈ। ਖੰਡ ਦੀ ਮਿਠਾਸ ਹੀ ਆਉਣੀ ਹੈ, ਇਸ ਕਰਕੇ ਜ਼ਿਆਦਾ ਚਟਨੀ ਦੇ ਨਾਂ ਨਾਲ ਅਸੀਂ ਇਹਨੂੰ ਜਾਣਦੇ ਹਾਂ। ਮਿੱਠਾ ਅਚਾਰ ਲਾ ਲਓ, ਇਹ ਵੀ ਅਸੀਂ ਪਰੌਂਠਿਆਂ ਦੇ ਨਾਲ ਵੀ ਖਾ ਸਕਦੇ ਹਾਂ, ਬ੍ਰੈਡ ਦੇ ਨਾਲ ਵੀ ਖਾ ਸਕਦੇ ਹਾਂ, ਕਿਸੇ ਚੀਜ਼ ਨਾਲ ਵੀ ਤੁਸੀਂ ਇਹਨੂੰ ਸਰਵ ਕਰ ਸਕਦੇ ਹੋ, ਜਾਂ ਦਹੀਂ ਦੇ ਵਿੱਚ ਪਾ ਕੇ ਵੀ ਇਹਨੂੰ ਤੁਸੀਂ ਮਿਕਸ ਕਰਕੇ ਖਾ ਸਕਦੇ ਹੋ। ਖੰਡ ਪੂਰੀ ਤਰ੍ਹਾਂ ਅਸੀਂ ਮੈਲਟ ਹੋਣ ਦੇਣੀ ਆ, ਉਸ ਤੋਂ ਬਾਅਦ ਅਸੀਂ ਜਿਹੜੇ ਆੜੂ ਆ ਵਿੱਚ ਪਾਉਣੇ ਆ। ਸੋ ਥੋੜ੍ਹੀ ਕੁ ਦੇਰ ਸਾਨੂੰ ਵੇਟ ਕਰਨੀ ਪੈਣੀ ਆ ਤਾਂ ਕਿ ਖੰਡ ਜਿਹੜੀ ਆ ਸਿਰਕੇ ਦੇ ਨਾਲ ਚੰਗੀ ਤਰ੍ਹਾਂ ਮਿਕਸ ਹੋ ਜਾਵੇ। ਖੰਡ ਪੂਰੀ ਤਰ੍ਹਾਂ ਮਿਕਸ ਹੋ ਗਈ ਹੈ, ਸਿਰਕਾ ਉਬਲਣ ਲੱਗ ਪਿਆ, ਥੋੜ੍ਹਾ ਕੈਰਮਲਾਈਜ਼ਡ ਹੋ ਜਾਂਦਾ ਹੈ ਸਾਰਾ ਕੁਛ। ਸੋ ਅਸੀਂ ਹੁਣ ਇਹਦੇ ਵਿੱਚ ਆੜੂ ਪਾ ਦੇਣੇ ਆ। ਥੋੜ੍ਹੀ ਦੇਰ ਇਹਨੂੰ ਅਸੀਂ ਪਕਾਉਣਾ। ਜਦੋਂ ਇਹ ਆੜੂ ਸਾਰੇ ਨਰਮ, ਬਲਾਂਚ ਕੀਤਿਆਂ ਵੀ ਥੋੜ੍ਹੇ ਨਰਮ ਹੋ ਗਏ, ਜਦੋਂ ਇਹਦੇ ਵਿੱਚ ਕੁੱਕ ਹੋਣਗੇ ਤਾਂ ਪੂਰੇ ਨਰਮ ਹੋ ਜਾਣਗੇ। ਜਦੋਂ ਇਹ ਪੂਰੇ ਨਰਮ ਹੋ ਜਾਣਗੇ ਫਿਰ ਅਸੀਂ ਬਾਕੀ ਦੀਆਂ ਚੀਜ਼ਾਂ ਵਿੱਚ ਪਾਉਣੀਆਂ। ਸੋ ਇਹਨੂੰ 5-10 ਮਿੰਟ ਵਾਸਤੇ ਅਸੀਂ ਇੱਦਾਂ ਹੀ ਪਕਾਉਣਾ।
आड़ू नरम हो गए हुए चंगी तरह हम असी बाकी रहा सिरका भी ये पा देना। नमक लाल मिर्च काली मिर्च कुटी हुई सुन ते सौगी जड़ी आ वो सी 15-20 दाने दे पा देने सौगी दे। हुण असी इहनूं थोड़ा जिहा थिक होण तक पकाउणा है। उस तो बाद जिहड़ा आड़ूआं दी जिहड़ी साडी चटनी आ उह बिल्कुल बन के तैयार हो जाणी है जी। थोड़ा जिहा असी इहनूं थिक करना होर जे ते तुसी इहनां नूं मैश करना पूरे तरीके नाल असी इहनूं चंगी तरहां तुसी कड़छी दे नाल फेर भी सकदे हो। जे तुसी पीस रखणे आ ते बड़े आराम दे नाल इहनां नूं घुमाउणा क्योंकि बहुत सॉफ्ट हो गया पीस। इन्हां नूं बहुत आराम दे नाल असी घुमाउणा है तां कि पीस टुटन भी ना ते जिहड़ा इहनां दा चाशनी आ उह थल्ले भी ना लगे प्रॉपर तरीके नाल हिलदे भी रहन ते सबूते भी रहन। बस 5-7 मिनट तक साडी जिहड़ी आड़ूआं दी चटनी आ बण के बिल्कुल तैयार हो जाणी है। ਤੁਸੀਂ ਚਾਹੋ ਤਾਂ ਇਹਦੇ ਵਿੱਚ ਡਰਾਈ ਫਰੂਟ ਵੀ ਪਾ ਸਕਦੇ ਹੋ ਮਗਜ਼ ਵੀ ਪਾ ਸਕਦੇ ਹੋ ਆਪਣੀ ਚੋਇਸ ਨਾਲ ਤੁਸੀਂ ਕੁਛ ਵੀ ਤੁਸੀਂ ਇਸ ਚਟਨੀ ਦੇ ਨਾਲ ਲੈਣਾ ਚਾਹੁੰਦੇ ਹੋ ਤੁਸੀਂ ਪਾ ਸਕਦੇ ਹੋ। ਡਰਾਈ ਫਰੂਟ ਵਿੱਚ ਅਸੀਂ ਖਜੂਰਾਂ ਵੀ ਪਾ ਸਕਦੇ ਹਾਂ ਕੱਟ ਕੇ ਛਵਾਰੇ ਵੀ ਪਾ ਸਕਦੇ ਹਾਂ ਉਹ ਬਦਾਮ ਕੱਟ ਕੇ ਪਾ ਸਕਦੇ ਹਾਂ ਕਾਜੂ ਪਾ ਸਕਦੇ ਹਾਂ ਚਾਰੇ ਮਗਜ਼ ਪਾ ਸਕਦੇ ਹਾਂ। ਅਸੀਂ ਇਹਦਾ ਪਾਣੀ ਬਿਲਕੁਲ ਨਹੀਂ ਸੁਕਾਉਣਾ ਜੇ ਬਿਲਕੁਲ ਸੁੱਕ ਗਿਆ ਤਾਂ ਡਰਾਈ ਹੋ ਜਾਣਗੇ। ਸੋ ਜਿਹੜਾ ਇਹ ਪਾਣੀ ਆ ਸਿਰਕੇ ਦਾ ਪਾਣੀ ਜਿਹੜਾ ਖੰਡ ਦਾ ਅਤੇ ਸਿਰਕੇ ਦਾ ਪਾਣੀ ਆ ਇਹਨੂੰ ਅਸੀਂ ਵਿੱਚ ਹੀ ਰਹਿਣ ਦੇਣਾ ਤਾਂ ਕਿ ਡਿੱਪ ਹੋਏ ਰਹਿਣ ਵਿੱਚ। ਇਸੇ ਤਰ੍ਹਾਂ ਹੀ ਅਸੀਂ ਇਹਨੂੰ ਕੱਢ ਕੇ ਕੰਟੇਨਰ 'ਚ ਪਾ ਲੈਣਾ ਹੈ। ਪਹਿਲਾਂ ਠੰਡਾ ਕਰਨਾ ਹੈ ਤਾਂ ਠੰਡਾ ਕਰਨ ਤੋਂ ਬਾਅਦ ਅਸੀਂ ਏਅਰ ਟਾਈਟ ਕੰਟੇਨਰ 'ਚ ਪਾ ਲਾਂਗੇ। ਆੜੂਆਂ ਦੀ ਚਟਨੀ ਜਿਹੜੀ ਆ ਬਣ ਕੇ ਬਿਲਕੁਲ ਤਿਆਰ ਹੈ ਜੀ। ਹੁਣ ਅਸੀਂ ਇਹਨੂੰ ਇੱਕ ਕਿਸੇ ਕੌਲੇ ਦੇ ਵਿੱਚ ਕੱਢ ਲੈਂਦੇ ਹਾਂ। ਆੜੂਆਂ ਦੀ ਚਟਨੀ ਬਣ ਕੇ ਤਿਆਰ ਹੈ ਜੀ। ਥੋੜ੍ਹੀ ਜਿਹੀ ਪਤਲੀ ਆ ਅਜੇ ਪਰ ਠੰਡੀ ਹੋਣ ਤੋਂ ਬਾਅਦ ਇਹ ਸੰਘਣੀ ਹੋ ਜਾਏਗੀ। ਜਦੋਂ ਠੰਡੀ ਹੋਣਾ ਅਸੀਂ ਇਹਨੂੰ ਇੱਕ ਕੰਟੇਨਰ 'ਚ ਪਾ ਕੇ ਇਹਨੂੰ ਰੱਖ ਸਕਦੇ ਹਾਂ। ਨੋਟ ਕਰੋ ਇੱਕ ਛੋਟਾ ਜਿਹਾ ਤਰੀਕਾ ਪੈਦਾ। ਸਭ ਤੋਂ ਪਹਿਲਾਂ ਅਸੀਂ ਆੜੂਆਂ ਨੂੰ ਲੈਣਾ ਹੈ। ਆੜੂਆਂ ਨੂੰ ਅਸੀਂ ਧੋ ਕੇ ਚੰਗੀ ਤਰ੍ਹਾਂ ਗਰਮ ਉਬਲਦੇ ਪਾਣੀ ਵਿੱਚ ਪਾ ਕੇ ਉਹਨਾਂ ਨੂੰ ਬਲਾਂਚ ਕਰ ਲੈਣਾ ਹੈ। ਬਲਾਂਚ ਕਰਨ ਤੋਂ ਬਾਅਦ ਉਹਨਾਂ ਦਾ ਛਿਲਕਾ ਜਿਹੜਾ ਉਤਾਰ ਕੇ ਉਹਨਾਂ ਦੇ 4-5 ਪੀਸ ਕਰ ਲੈਣੇ ਆ। ਇੱਕ ਆੜੂ ਦੇ ਸਾਈਜ਼ ਦੇ ਹਿਸਾਬ ਨਾਲ ਤੁਸੀਂ ਪੀਸ ਕੱਟ ਸਕਦੇ ਹੋ। ਉਸ ਤਰ੍ਹਾਂ ਮੈਂ ਚਾਰ ਮੇਰੇ ਕੋਲ ਛੋਟੇ ਆੜੂ ਸੀ ਇਸ ਕਰਕੇ 4 ਪੀਸ ਇੱਕ ਆੜੂ ਦੇ ਕੱਟੇ ਨੇ। ਕੱਟਣ ਤੋਂ ਬਾਅਦ ਇਹਨਾਂ ਨੂੰ ਖੰਡ ਅਤੇ ਸਿਰਕਾ ਮਿਕਸ ਕਰਕੇ ਆੜੂਆਂ ਨੂੰ ਅਸੀਂ ਉਹਦੇ ਵਿੱਚ ਮਿਕਸ ਕਰ ਦਿੱਤਾ। ਥੋੜ੍ਹੀ ਦੇਰ ਸੌਫਟ ਹੋਣ ਤੱਕ ਪਕਾਇਆ। ਬਾਕੀ ਜਿਹੜੇ ਮਿਰਚ ਮਸਾਲੇ ਅਸੀਂ ਉਸ ਤੋਂ ਬਾਅਦ ਵਿੱਚ ਪਾ ਕੇ ਫਿਰ ਇਹਨੂੰ ਥੋੜ੍ਹਾ ਜਿਹਾ ਸੰਘਣਾ ਹੋਣ ਤੱਕ ਪਕਾਇਆ। ਜਦੋਂ ਇਹ ਨਰਮ ਹੋ ਗਏ ਬਿਲਕੁਲ ਫਿਰ ਅਸੀਂ ਇਹਨੂੰ ਡਿਸ਼ ਆਊਟ ਕਰ ਲਿਆ। ਸੋ ਇਹ ਸੀ ਜੀ ਅੱਜ ਦੀਆਂ 2 ਰੈਸਿਪੀਜ਼, ਦੋਨੋਂ ਹੀ ਚਟਨੀ ਦੀਆਂ ਰੈਸਿਪੀਜ਼ ਸੀ। ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਈਆਂ ਹੋਣਗੀਆਂ। ਤੁਸੀਂ ਇਹਨੂੰ ਘਰ ਜ਼ਰੂਰ ਬਣਾਓਗੇ ਅਤੇ ਇਹਦਾ ਫੀਡਬੈਕ ਵੀ ਜ਼ਰੂਰ ਦੇਣਾ। ਇਸੇ ਤਰ੍ਹਾਂ ਦੀਆਂ ਹੋਰ ਵੀ ਰੈਸਿਪੀਜ਼ ਦੇ ਲਈ ਜੁੜੇ ਰਹੋ ਪ੍ਰਾਈਮ ਏਸ਼ੀਆ ਟੀਵੀ 'ਤੇ ਪ੍ਰਾਈਮ ਕੁਕਿੰਗ ਸ਼ੋਅ ਵਿੱਚ। ਸਤਿ ਸ਼੍ਰੀ ਅਕਾਲ ਜੀ। ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।